ਮੈਂ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਜੇ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8420709817। ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਸੂਈਆਂ ਵੜਾਂ ਅਤੇ ਇੱਕ ਹੈਗਾ ਗੱਬੜ ਜਰਸੀ 'ਚ, ਤਿੰਨ ਨਾਗ ਸੇਲ ਆ। ਡਿਟੇਲ ਵੀਰ ਤੋਂ ਪੁੱਛਦੇ ਹਾਂ, ਉਹ ਅੱਗੇ ਕਰੀਏਗਾ। ਸਤਿ ਸ਼੍ਰੀ ਅਕਾਲ ਬਾਈ, ਨਾਮ ਐਡਰੈਸ ਦੱਸੋ ਜੀ ਆਪਣਾ, ਮੋਬਾਈਲ ਨੰਬਰ ਜੀ ਆਪਣਾ 6283-7527। ਜਿਹੜੀ ਪਹਿਲੇ ਨੰਬਰ 'ਤੇ ਆਪਾਂ ਬੱਚੀ ਦੇਖਦੇ ਹਾਂ, ਦੰਦੋ ਕਿਵੇਂ ਇਹ? ਮੂੰਹੋਂ ਦੋ ਦੰਦ ਪਹਿਲਾ ਸੂਗਾ। ਕਦੋਂ ਸੂਈ ਇਹ? ਨਾੜੂ ਦਾ ਕੱਚਾ ਨਾਲ ਹੈ ਨਾ, ਬੱਚਾ ਇਹਨੇ ਕੀ ਦਿੱਤਾ? ਠੀਕ ਹੈ। ਕਿੰਨਾ ਕੁ ਦੁੱਧ ਸਟਾਰਟਿੰਗ ਜੀ ਕਰਿਆ ਇਹਨੇ? ਠੀਕ ਹੈ, ਹੁਣ ਸਵੇਰੇ ਚਵਾਈ ਕਰਨੀ ਆ। ਠੀਕ ਹੈ, ਲਗਭਗ 10-12 ਕਿਲੋ ਸਟਾਰਟਿੰਗ ਜੀ ਹੈਗੀ ਅੰਦਾਜ਼ਾ ਜੀ। ਬਾਕੀ ਪਿੱਛੇ ਬੱਚੇ ਜੇਰ ਜੂ ਰੋਕੇ ਆ, ਕੋਈ ਔਲ ਵਗੈਰਾ ਤਾਂ ਨਹੀਂ ਕਰਦੀ? ਧੋਰੀ ਵਾਰ ਨੂੰ ਸੂਗਰ ਕੱਦ ਕਾਰਡ ਵਗੈਰਾ ਦੇਖ ਸਕਦੇ ਹੋ। ਪਲੂਣ ਮੱਛੀ ਪਹਿਲਾਂ ਸੂਗਾ ਸੂਈ ਆ, ਮੂੰਹ ਦੋ ਦਾਂਦਾ ਅਤੇ ਥਾਣਲੇਵਾ ਦੇਖ ਸਕਦੇ, ਸੋਹਣਾ ਮੁੱਠੀ ਵਾਲਾ ਥਾਣਾ। ਅਤੇ ਵੀਰੇ ਚਵਾਈ ਗੋਲ ਆ ਜਮਾਤਾਰ। ਠੀਕ ਆ, ਰੇਟ ਇਹਦਾ ਕੀ ਰਹੂ ਵੇਚਣ ਜਿਹੜਾ? ਠੀਕ ਆ, 65,000 ਦੀ ਬੱਚੀ ਤੁਹਾਨੂੰ ਮਿਲ ਜੂਗੀ। ਨਵਾਂ ਹਾਣਾ, ਪਹਿਲਾਂ ਸੂਗਾ, ਦੋ ਦੰਦ, ਪਿੱਛੇ ਵੀ ਬੱਚੀ ਆ ਅਤੇ ਜੇਰ ਵਗੈਰਾ ਕੰਮ ਜਮਾਂ ਟੋਟਲ ਡਨ ਹੈਗਾ। ਕੱਲ੍ਹ ਸੁਬਹਾ ਦੀ ਸੂਈ ਦਾ ਦੂਸਰਾ ਦਿਨ ਹੋ ਗਿਆ ਜੀ ਸੂਈ ਨੂੰ। ਸੋ ਬੱਚਾ ਦੇਖੋ ਪਿੱਛੇ ਫੀਮੇਲ ਕਾ, ਹੁਣ ਨਾੜੂ ਦਾ ਜਮਾਂ ਕੱਚਾ ਨਾਲ ਆ ਜਮਾਂ, ਆਹ ਦੇਖ ਸਕਦੇ ਹੋ ਨਾੜੂ ਬਿਲਕੁਲ ਨਾਲ ਆ ਅਤੇ ਥਾਂ ਦਾ ਡਿਜ਼ਾਇਨ ਨੇਰ ਤੋਂ ਦੇਖ ਸਕਦੇ ਹੋ। ਦੇਖੋ ਪੂਰਾ ਸੋਹਣਾ, ਕਿਆ ਬਾਤਾਂ, ਮੁੱਠੀ ਵਾਲਾ ਥਾਣਾ, ਸੂਈ ਸਵਾਈ ਆ, ਕੋਈ ਔਲ ਗੱਪਾ ਨਹੀਂ ਹੈ ਨਾ। ਅੱਗੇ ਦੋ ਨੰਬਰ ਜਿਹੜੀ ਵੈਡ ਦੇਖੀ ਜਾਂਦੇ ਹਾਂ, ਬੱਚਾ ਇਹਦੇ ਪਿੱਛੇ, ਠੀਕ ਹੈ ਜੀ। ਕਦੋਂ ਸੂਈ ਆ ਜੇ ਰੋਕਿਆ? ਠੀਕ ਹੈ, ਚਲੋ ਠੀਕ ਆ। ਅਤੇ ਕਿੰਨਾ ਦੁੱਧ ਪਾ ਦੂਗੀ ਇਹ? ਠੀਕ ਹੈ, ਰੇਟ ਕੀ ਰਹੂ ਇਹਦਾ? ਤੋੜੀ ਬਾਅਦ ਸੁਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦਾ। ਦੂਜਾ ਸੂਆ ਜੇ ਉਹਨਾਂ ਨੂੰ ਸੂਈ ਆ, ਕੱਦ ਬੈੱਡ ਬਹੁਤ ਆ, ਬੈੱਡ ਦਾ ਸਾਫ਼ ਸੁਥਰਾ, ਰਾਜੀ ਸਮੀ ਬੜੀ ਬਹੁਤ ਆ ਅਤੇ ਕਿਸੇ ਪਾਸੋਂ ਲਿਸੀ ਨਾ ਵੀ ਨਹੀਂ। 65,000 ਰੁਪਇਆ ਕੀਮਤ ਆ, ਫੁੱਲ ਸਾਈਜ਼ ਆ, ਛੋਟੀ ਕਿਸੇ ਪਾਸੋਂ ਨਹੀਂ। ਪਿੱਛੇ ਬੱਚੀ ਆ, ਸੂਈ ਸਵਾਈ ਧਾਰ ਜੇਰ ਜਮਾਂ ਡਾਨਾ। ਸੋ ਲੇਵਾ ਦੇਖ ਸਕਦੇ ਹੋ, ਪੂਰਾ ਸੋਹਣਾ ਸਾਫ਼ ਸੁਥਰਾ, ਫਿਟਿੰਗ ਵਾਲਾ ਹਵਾਨਾ ਜਮਾਂ ਅਤੇ ਸੋਹਣਾ ਥਾਣਾ, ਚਾਰੇ ਥਾਂ ਨਿਖੜ ਮੇ ਸਾਫ਼ ਸੁਥਰੇ ਬਿੱਤੀ ਅਤੇ ਮਗਰ ਆ ਗਈ ਅਤੇ ਬੱਚੀ। ਸੋ ਹਵਾਨੇ ਅਤੇ ਨਾੜਾ ਵਗੈਰਾ ਦੇਖ ਸਕਦੇ ਹੋ, ਪੂਰੇ ਸੋਹਣੇ ਸਾਫ਼ ਸੁਥਰਾ। ਸੋ ਰਿੰਕਲਸ ਵਗੈਰਾ ਦੇਖ ਸਕਦੇ, ਚੰਗੇ ਸਾਫ਼ ਸੁਥਰੇ। 20 ਕਿਲੋ ਦਾ ਦੁੱਧ ਅਨੁਮਾਨ ਲਾ ਕੇ ਚੱਲਿਓ ਅਤੇ 65 ਦੇ ਵਿੱਚੋਂ ਮਾਨਦਾਨ ਹੋ ਜੂਗਾ ਮੌਕੇ 'ਤੇ। ਠੀਕ ਆ, ਅੱਗੇ ਤੀਜੇ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਜਾਂਦੇ ਹਾਂ, 5-4 ਦਿਨ ਹਜੇ ਸੂਣ ਦੇ ਬਾਕੀ ਪਏ ਆ, ਹੈ ਨਾ। ਠੀਕ ਆ, ਭਾਲ ਇੱਕ ਪਾਸੇ ਨੂੰ ਹੈਗੀ ਆ। ਠੀਕ ਹੈ, ਸੋ ਇੱਕ ਹੁਣ ਉਧਰਲੇ ਪਾਸੇ, ਇੱਧਰ ਪਏਗੀ ਦੂਜੇ ਪਾਸੇ ਜਾਵੜੂ, ਹੈ ਨਾ। ਸੋ ਭਾਲ ਜ਼ਰੂਰ ਹੈਗੀ ਹੈਗੀ। ਅਤੇ ਦਿਨ ਕਿਆ ਕੱਢਦੇ ਸਹੀ ਜੀ? 5-6 ਕੁ ਦਿਨ ਸੂਣ 'ਚ ਬਾਕੀ ਆ, ਹੈ ਨਾ। 20 ਕਿਲੋ ਮਾਨੇ ਕਿਹੜਾ ਵੀ ਮਰਜ਼ੀ ਲੈ ਲਓ। ਅਤੇ ਰੇਟ ਇਹਦਾ ਕੀ ਰਹਿਣਾ ਹੈਗਾ? 66,000 ਰੁਪਏ ਦਾ ਭਾਅ ਹੈਗਾ। ਦੂਜਾ ਸੂਆ ਬੈਠ ਸੁਣਦੀ ਪਿਆ, ਜਰਸੀ ਹੈਗੀ ਅਤੇ ਜਰਸੀ ਵਿੱਚ ਹਲਕਾ ਜਿਹਾ ਕਰਾਉ ਸਕਦਾ, ਕੁਛ ਕੁ ਪਰਸੈਂਟ ਹੀ, ਥੋੜ੍ਹਾ ਜਿਹਾ, ਪਰ ਦੁੱਧ ਨੂੰ ਚੰਗੀ ਰਹੂਗੀ ਜਮਾਂ। ਅਤੇ 3 ਵੜਾ ਦਿਖਾ ਦਿਆਂ ਆਪਾਂ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਕੋਈ ਵੀ ਨਾ ਤੁਹਾਡੇ ਪਸੰਦ ਹੋਵੇ, ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।